ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਕੋਲ ਸੱਟੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲੀ ਵਿਕਾਸ ਪ੍ਰਣਾਲੀ ਤੋਂ ਤੰਗ ਆ ਕੇ ਦੇਸ਼ ਦਾ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ। ਦਰਅਸਲ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਮਜੀਠਾ ਪਿੰਡ ਤੱਕ ਜਾਣ ਵਾਲੀ ਅਤੇ ਬਾਈਪਾਸ ਦੇ ਉੱਪਰੋਂ ਬਣ ਰਹੇ ਪੁਲ ਦੇ ਹਾਲਾਤ ਇੰਨੇ ਦਯਨੀਏ ਹੈ ਕਿ ਇੱਥੋਂ ਦੀ ਨਿਕਲ ਪਾਣਾ ਨਾਮੁਮਕਿਨ ਹੈ। ਸਾਰੇ ਇਲਾਕੇ ਦੇ ਲੋਕ ਇਕੱਠੇ ਹੋਏ ਆ। 6 ਮਹੀਨਿਆਂ ਤੋਂ ਇਹ ਸੜਕ ਜਿਹੜੀ ਆ ਮਜੀਠਾ ਰੋਡ ਵਾਲੀ ਬਾਈਪਾਸ ਤੋਂ ਮਜੀਠੇ ਨੂੰ ਜਾਂਦੀ ਆ। ਇਹ ਸੜਕ ਦਾ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਅਤੇ ਘੱਟ ਤੋਂ ਘੱਟ ਵੀ 50 ਕੁ ਬੰਦਿਆਂ ਨੂੰ ਸੱਟਾਂ ਲੱਗੀਆਂ ਵਾ, 3-4 ਬੰਦਿਆਂ ਦੀ ਤਾਂ ਬਾਹਾਂ ਟੁੱਟ ਗਈਆਂ ਸੀ। ਬੜਾ ਔਖਾ ਹੋ ਰਿਹਾ ਇੱਥੇ ਤੇ ਜਿਸ ਵੀ ਘਰ ਤੁਸੀਂ ਜਾਓਗੇ ਨਾ, 2-2 3-3 ਬੱਚੇ ਬਿਮਾਰ ਤੁਹਾਨੂੰ ਮਿਲਣਗੇ। ਇੰਨਾ ਘੱਟਾ ਚੜ੍ਹਦਾ ਵਾ ਸਵੇਰ ਤੋਂ ਸ਼ਾਮਾਂ ਤੱਕ, ਬਹੁਤ ਬੁਰਾ ਹਾਲ। ਇੱਕ ਠੇਕੇਦਾਰ ਜਿਹੜੇ ਉਹ ਵੀ ਕੋਈ ਕੰਮ ਨਹੀਂ ਕਰਦੇ, ਨਾ ਇੱਥੇ ਪਾਣੀ ਤਰੋਂਕਦੇ ਆ, ਨਾ ਕੋਈ ਇੱਥੇ ਮਿੱਟੀ ਪਾਉਂਦੇ ਆ, ਬਰਾਬਰ ਕਰਦੇ ਆ, ਖੱਡੇ ਪਏ ਆ, ਬਹੁਤ ਬੁਰਾ ਹਾਲ ਆ। ਅਸੀਂ ਇਹ ਸਾਰੇ ਮੁਹੱਲੇ ਵਾਲਿਆਂ ਨੇ ਇਹ ਰੋਸ ਕੀਤਾ ਵਾ ਇਸ ਚੀਜ਼ ਦਾ ਵੀ ਇਹਨੂੰ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ। DC ਸਾਹਿਬ ਨੂੰ ਮੁਹੱਲੇ ਦੇ ਲੋਕਾਂ ਨੇ ਮੈਮੋਰੈਂਡਮ ਦਿੱਤਾ ਸੀਗਾ। ਅੱਗੇ ਕਲੋਨੀਆਂ, ਇਹ ਸਮਾਜ ਬਹੁਤ ਪਰੇਸ਼ਾਨ ਹੈ। ਇਸ ਇਲਾਕੇ ਦੇ ਵਿੱਚ ਸੜਕਾਂ ਟੁੱਟੀਆਂ ਕਾਰਨ ਰੋਜ਼ ਖੋਹਾਂ ਹੁੰਦੀਆਂ ਔਰ ਗਰੀਬ ਪਰਿਵਾਰ ਬਿਮਾਰੀਆਂ 'ਤੇ ਰਹਿਤ ਨਹੀਂ ਪਾ ਰਿਹਾ, ਬਹੁਤ ਪਰੇਸ਼ਾਨ ਹਾਂ। ਅਸੀਂ ਪ੍ਰਸ਼ਾਸਨ ਅੱਗੇ ਅਤੇ ਪੰਜਾਬ ਸਭਾ ਅੱਗੇ ਬੇਨਤੀ ਕਰਦੇ ਹਾਂ ਕਿ ਪਹਿਲ ਦੇ ਆਧਾਰ 'ਤੇ ਇਸ ਇਲਾਕੇ ਨੂੰ ਬਣਾਇਆ ਜਾਵੇ, ਇਸ ਇਲਾਕੇ ਨੂੰ ਸਵਰਗ ਬਣਾਇਆ ਜਾਵੇ। ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੇ ਇਸ ਇਲਾਕੇ ਦੇ ਸਨੈਚਰ ਆ, ਉਹਨਾਂ 'ਤੇ ਕੰਟਰੋਲ ਕੀਤਾ ਜਾਵੇ, ਇਹ ਸਮਾਜ ਨੂੰ ਥੋੜ੍ਹੀ ਰਾਹਤ ਦਿੱਤੀ ਜਾਵੇ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।